ਅੱਜ ਮਦੀਨੇ ਦਾ ਬਾਜ਼ਾਰ ਹੋਵੇ, ਅੱਜ ਛੋਟੇ ਛੋਟੇ ਬੱਚੇ ਤੇ ਖੇਲਦੇ ਨੇ। ਮੇਰੇ ਨਬੀ ਆਪਣੇ ਸਹਾਬਾ ਦੇ ਨਾਲ ਆ ਕੇ ਮੇਰੇ ਨਬੀ ਨੇ ਇੱਕ ਬੱਚੇ ਨੂੰ ਚੁੱਕਿਆ, ਅੱਜ ਸੀਨੇ ਨਾਲ ਲਾਇਆ। ਕਦੇ ਮੱਥਾ ਚੁੰਮਦੇ ਨੇ, ਕਦੇ ਰੁਖਸਾਰ ਚੁੰਮਦੇ ਨੇ ਤੇ ਕਹਿੰਦੇ ਨੇ ਸਹਾਬਾ ਗਵਾਹ ਹੋ ਜਾਵੋ, ਮੈਂ ਮੁਹੰਮਦ ਨੇ ਓਨੀ ਦੇਰ ਤੱਕ ਜੰਨਤ 'ਚ ਨਹੀਂ ਜਾਣਾ ਜਿੰਨੀ ਦੇਰ ਤੱਕ ਇਸ ਬੱਚੇ ਨੂੰ ਇਹਦੇ ਮਾਪਿਆਂ ਨੂੰ ਜੰਨਤ 'ਚ ਨਾਲ ਨਹੀਂ ਲੈ ਜਾਣਾ। ਮੈਂ ਓਨੀ ਦੇਰ ਤੱਕ ਜੰਨਤ 'ਚ ਨਹੀਂ ਜਾਣਾ। ਗੁਲਾਮ ਕਹਿੰਦੇ ਨੇ ਸੋਹਣਿਆ ਇਸ ਬੱਚੇ ਦਾ ਕਮਾਲ ਕੀ ਹੈ। ਮੇਰੇ ਆਕਾ ਨੇ ਫਰਮਾਇਆ ਸਹਾਬਾ ਇਸ ਬੱਚੇ ਦਾ ਕਮਾਲ ਹੈ, ਇੱਕ ਦਿਨ ਮਦੀਨੇ ਦੀ ਗਲੀ ਵਿੱਚ ਮੇਰਾ ਹੁਸੈਨ ਜਾ ਰਿਹਾ, ਮਦੀਨੇ ਦੀ ਗਲੀ ਵਿੱਚ ਮੇਰਾ ਹੁਸੈਨ ਜਾ ਰਿਹਾ ਵੇ, ਮੇਰੇ ਹੁਸੈਨ ਦੇ ਪਿੱਛੇ ਪਿੱਛੇ ਸ਼ਾਦੀ ਇਹ ਬੱਚਾ ਜਾ ਰਿਹਾ ਵੇ। ਇਸ ਬੱਚੇ ਦਾ ਕਮਾਲ ਹੈ, ਜਿੱਥੇ ਜਿੱਥੇ ਹੁਸੈਨ ਕਦਮ ਰੱਖਦਾ ਵੇ ਉੱਥੋਂ ਉੱਥੋਂ ਚੁੰਮੀ ਜਾਂਦਾ। ਇਸ ਬੱਚੇ ਦਾ ਕਮਾਲ ਇਹ ਵੇ, ਜਿੱਥੇ ਜਿੱਥੇ ਹੁਸੈਨ ਕਦਮ ਰੱਖਦਾ ਸ਼ਾਹਜੀ ਇਹ ਉੱਥੋਂ ਉੱਥੋਂ ਚੁੰਮੀ ਜਾਂਦਾ ਵੇ। ਮੈਨੂੰ ਫਾਈਨਲ ਜੁਮਲਾ ਕਹਿਣ ਦਵੋ, ਉਹ ਜਿਹੜਾ ਹੁਸੈਨ ਦੇ ਕਦਮਾਂ ਵਾਲੀ ਮੱਟੀ ਨੂੰ ਚੁੰਮੇ ਰਾਤ ਇਹਨਾਂ ਜਾਗੇ ਉਹ ਤਾਂ ਲੈ ਜਾਓ ਗੱਲ ਹੈ। ਉਹ ਜਿਹੜਾ ਹੁਸੈਨ ਦੇ ਕਦਮਾਂ ਵਾਲੀ ਮੱਟੀ ਨੂੰ ਕਿਬਲਾ ਸ਼ਾਹਜੀ ਚੁੰਮੇ ਤੇ ਉਹਨੂੰ ਮੁਹੰਮਦ ਸੀਨੇ ਨਾਲ ਲਾਵੇ, ਉਹਦੇ ਮਾਂ ਤੇ ਉਹਦੇ ਅੱਬੇ ਨੂੰ ਜੰਨਤ ਵਿੱਚ ਨਾਲ ਲੈ ਜਾਵੇ, ਤੇ ਯਾਰ ਜਿਹੜਾ ਹੋਵੇ ਮੌਲਾ ਹੁਸੈਨ ਦੇ ਪੁੱਤਰਾਂ ਦਾ ਨੌਕਰ। ਅੱਜ ਕਹਿੰਦੇ ਨੇ ਨਾ ਕਿਸੇ ਦੇ ਘਰ ਜਾਣਾ ਹੋਵੇ ਨਾ ਤੇ ਉਹਨਾਂ ਦੇ ਪੁੱਤਰਾਂ ਨਾਲ ਪਿਆਰ ਕਰ ਲਵੋ ਤੇ ਆਪੇ ਘਰ ਵਾਲੇ ਨਾ ਤੁਹਾਨੂੰ ਘਰ ਵਿੱਚ ਦਾਖਲ ਕਰ ਲੈਣਗੇ। ਹਾਂ 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 ਮੈਨੂੰ ਕਹਿਣ ਦੇਵੋ, ਪਤਾ ਨਾ ਉਹ ਉਸਾਮਾ ਬਿਨ ਜ਼ੈਦ ਆਏ ਨਾ ਤੇ ਮੇਰੇ ਨਬੀ ਨੇ ਨਾ ਬੜੀ ਤਵਜੋ ਇੰਜ ਨਾ ਚਾਦਰ ਆਪਣੀ ਕਾਲੀ ਕਮਲੀ ਚਾਦਰ ਦੀ ਨਾ ਅੱਜ ਮੇਰੀ ਸਰਕਾਰ ਨੇ ਤਵਜੋ ਯਾਰ ਤਵਜੋ ਇੰਜ ਨਾ ਨਬੀ ਪਾਕ ਨੇ ਨਾ ਬੁੱਕਲ ਮਾਰੀਏ। ਬੋਲੋ ਯਾਰ ਸੁਭਾਨ ਅੱਲਾ, ਬਸ ਗੱਲ ਖਤਮ ਹੈ। ਇੰਜ ਨਬੀ ਪਾਕ ਨੇ ਬੁੱਕਲ ਮਾਰੀਏ, ਉਸਾਮਾ ਬਿਨ ਜ਼ੈਦ ਕਹਿੰਦੇ ਨੇ ਮੈਂ ਵੇਖਿਆ ਕਿ ਇੰਜ ਨਾ ਬੁੱਕਲ ਵਿੱਚ ਕੋਈ ਚੀਜ਼ ਨਜ਼ਰ ਆ ਰਹੀ ਹੈ, ਜ਼ਾਹਰ ਹੋ ਰਹੀ ਹੈ ਕਿਬਲਾ ਸ਼ਾਹ ਜੀ, ਅਤੇ ਮੈਂ ਅਰਜ਼ ਕੀਤੀ ਇਹ ਮਦੀਨੇ ਦੇ ਆ ਮਾਹੀ ਆ ਖੁਦਾ ਦੀ ਖੁਦਾਈ ਦੀ ਆ ਬਾਦਸ਼ਾਹ ਵਾ, ਇਹ ਬੁੱਕਲ ਵਿੱਚ ਕੀ ਆ? ਉਹ ਬੈਠੀ ਉਹ ਤਾਂ ਮੁੱਲ ਪੈ ਜਾਏਗਾ ਬਹਿਣ ਦਾ। ਇਹ ਮਦੀਨੇ ਦੇ ਆ ਮਾਹੀ ਆ, ਇਹ ਬੁੱਕਲ ਵਿੱਚ ਕੀ ਆ? ਰਾਣਾ ਸ਼ਵਾਰਾ ਜੀ ਤਵਜੋ, ਇਹ ਬੁੱਕਲ 'ਚ ਕੀ ਆ ਸ਼ਾਹ ਜੀ ਤਵਜੋ? ਅਤੇ ਮੇਰੀ ਸਰਕਾਰ ਨੇ ਨਾ ਇੰਜ ਬੁੱਕਲ ਉਠਾਈ ਪੀਰ ਲਿਆ ਕੇ ਸ਼ਾਹ ਜੀ ਪੀਰ ਮੀਰ ਬਾਦਸ਼ਾਹ ਜੀ, ਇੰਜ ਮੇਰੇ ਨਬੀ ਨੇ ਨਾ ਬੁੱਕਲ ਉਤਾਰੀ। ਉਸਾਮਾ ਬਿਨ ਜ਼ੈਦ ਕਹਿੰਦੇ ਨੇ ਮੈਂ ਵੇਖਿਆ ਇੱਕ ਪਾਸੇ ਹਸਨ ਬੈਠੇ ਹੋਏ ਨੇ, ਦੂਜੇ ਪਾਸੇ ਹੁਸੈਨ ਬੈਠੇ ਹੋਏ। ਸੁਭਾਨ ਅੱਲਾ, ਤੇ ਮੇਰੇ ਨਬੀ ਕੀ ਕਹਿੰਦੇ ਨੇ ਮੌਲਾ ਮੌਲਾ ਅੱਲਾਹੁਮਾ ਇਨੀ ਉਹਿਬੁਹੁਮਾ, ਮੌਲਾ ਸੁਣ ਲੈ ਮੁਹੰਮਦ ਹਸਨ ਨਾਲ ਵੀ ਪਿਆਰ ਕਰਦਾ, ਹੁਸੈਨ ਨਾਲ ਵੀ ਪਿਆਰ ਕਰਦਾ, ਮੌਲਾ ਮੁਹੰਮਦ ਹਸਨ ਨਾਲ ਵੀ ਪਿਆਰ ਕਰਦਾ, ਹੁਸੈਨ ਨਾਲ ਵੀ ਪਿਆਰ ਕਰਦਾ, ਤੇ ਮੌਲਾ ਜਿਹੜਾ ਮੁਹੰਮਦ ਤੈਨੂੰ ਕਹਿੰਦਾ ਵੇ ਫਾਹੀ ਬਾਹੁਮਾ ਫਾਹੀ ਬਾਹੁਮਾ, ਯਾ ਅੱਲਾ ਤੂੰ ਵੀ ਇਹਨਾਂ ਨਾਲ ਮੁਹੱਬਤ ਫਰਮਾ। ਅਗਲਾ ਜੁਮਲਾ ਉਹਨਾਂ ਵਾਸਤੇ ਜਿਹੜੇ ਸਿੱਖਾਂ ਦੀ ਖਿਦਮਤ ਕਰਦੇ ਨੇ, ਇਹਨਾਂ ਦਾ ਦੀਦਾਰ ਕਰਦੇ ਨੇ। ਮੇਰੇ ਨਬੀ ਕਹਿੰਦੇ ਨੇ ਮੌਲਾ ਇਹਨਾਂ ਨਾਲ ਵੀ ਪਿਆਰ ਫਰਮਾ, ਆਹਿਬਾ ਮਈਓ ਹਿਬੂਮਾ, ਜਿਹੜੇ ਅੱਜ ਵੀ ਹੁਸੈਨ ਨਾਲ ਪਿਆਰ ਕਰਦੇ ਨੇ ਉਹਨਾਂ ਨਾਲ ਵੀ ਮੁਹੱਬਤ ਫਰਮਾ, ਜਿਹੜੇ ਕਿਆਮਤ ਤੱਕ ਹੁਸੈਨ ਨਾਲ ਪਿਆਰ ਕਰਨਗੇ ਉਹਨਾਂ ਨਾਲ ਵੀ ਮੁਹੱਬਤ ਫਰਮਾ। ਖੜੇ ਕਰਕੇ ਨਾਰਾ ਰਿਸਾਲ ਨਾਰਾ ਹੈਦਰੀ ਆਸਤਾਨ ਵਾਲੀ ਚੱਜ ਬਹਾਵਦੀ ਬਾਬਾ ਜੀ ਹੈਦਰ ਸ਼ਾਹ ਵਾਲੀ ਸਰਕਾਰ ਜ਼ਿੰਦਾਬਾਦ 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 ਜ਼ਿੰਦਾਬਾਦ। ਕਿਬਲਾ ਪੀਰ ਲਿਆ ਕੇ ਸ਼ਾਹ ਜੀ, ਜਦੋਂ ਕੋਈ ਮਜਮੇ 'ਚ ਬੰਦਾ ਬੋਲੇ ਨਾ ਰੱਬੇ ਕਾਬਾ ਦੀ ਕਸਮ ਹੈ ਉਹਦਾ ਜ਼ਬਾਨ ਨਹੀਂ ਬੋਲਦੀ, ਉਹਦਾ ਸੀਨਾ ਹੀ ਬੋਲਦਾ ਵੇ। ਹੈਂ ਫਿਰ ਮੈਂ ਟਾਈਮ ਦੇ ਲਿਹਾਜ਼ ਨਾਲ ਇੱਕੋ ਸ਼ੇਰ ਕਹਿ ਦਿੰਦਾ ਵਾ ਕਿ ਇਸ਼ਕ ਮੁਸ਼ਕ ਵਾਂਗੂ ਛੁਪਿਆ
ویسے پیران نے بڑی سونی طرز پڑھ چھڑی ہے اور پڑھنا بڑا اوکھا ہے چلو قبول کرنی ہے تو تھا کہ عشق مشک وانگوں چھپیا نہیں رہتا اے تے اپنا آپ اے مکھا دیندے تندوار دیندے سونے یار اتا سولی چڑھدا تے کھل لہا دیندے پر اللہ پاک نے عشق نو توفیق بخشی نیزے اتے قرآن سارے ہاتھ اٹھا کے کی کہنے اے نیزے اتے قرآن سنا دیندے اتھرو نکلے جدوی عاشقاں دا اکمل رب دا وی عرش ہلا سبحان اللہ کیا بات ہے اس کا پتہ نا جدو مولا حسین نے مدینہ چھڑیا تے گلی گلی روئی درو دیوار روئے ہیں تلے سے خرچ کی کہنا ہے او گلی 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 مدینے دی پیر سجا شادی گلی گلی مدینے دی چیخ اٹھی جدو کربل دا شاہ اے سوار تریا اے تے جگر حسین دا جان دا اے کیویں چھڈ کے بچی بیمار تریا تن جے تریا انج کوئی ہور جگتے جویں زہرا دا ماہ انوار تریا روتا ہوا حسین زیشان سائم چندر اماں دے حجرے نو مار ٹریا کیا بات ہے کیا بات ہے نگرانی الامر فوق الادب ادب ہے یہ کہ مرشد دا جو حکم ہوے اونوں منیا جاوے ہن مرشداں دا میرے خیال حکم ہو گیا وے تے ادھر محبتاں ہو رہیاں نے اللہ تعالیٰ انہاں دی محبت نو سلامت رکھے چلو اللہ تعالیٰ انہاں دے صدقے صدا دے صدقے میری تواڈی حاضری قبول فرمائے آمین آہا چلو ایک میں ہور بھائی چھٹ جی کہہ دینا کہ نبی پاک دا کنبا آئے ہائے نبی پاک دا حفظ شفاق جی نبی پاک دا کنبا جنہیں نقابت کیتی ہے نا میں عہدہ حاصل کلام جملہ کہہ رہے ہیں وہاں کی نبی پاک دا کنبا شہید ہویا کبلا بیت فاسق بلکہ امام حنبل نے کافر آکھے ہیں میرے کو کتاب موجود ہے بیت فاسق کافر کی نہیں قبول کیتی والی کوثر دے تپ دی ریت اتے بوند تک پانی دی نہیں پیتی تے حال کربل دا دسنا دشوار ہویا کی دسا مائنا تے اوے کی پیتی کیوں نہ کعبہ نظیر بھی چک جاتا تے وہ اتے تے ہے تھے نماز نیتی نعرہ